ਸਾਰਾ ਸੈਟਅਪ ਭਾਈ ਹੁਣ ਇੱਧਰ ਬਾਹਰ ਕੱਢਤਾ ਸੋਫੇ ਵੀ ਸਾਡੇ ਬਾਹਰ ਕੱਢਦੇ ਭਾਈ ਇੰਨੇ ਸੋਹਣੇ ਸੋਫੇ ਲੈਂਦੇ ਆਪਾਂ ਵੀ ਬਾਹਰ ਹੀ ਕਢਾ ਛੱਡੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਜੀ ਸਾਰਿਆਂ ਨੇ ਬਹੁਤ ਗੈਂਡ ਹੋ ਗਏ ਅੱਜ ਦਾ ਦਿਨ ਬਹੁਤ ਹੀ ਖਲਾਰਾ ਪਿਆ ਘਰ 'ਚ ਕਿਉਂਕਿ ਆਪਣੇ ਘਰ ਆਏ ਨੇ ਜੀ ਟੀ ਵੀ ਵਾਲੇ ਇੱਕ ਸ਼ੋਅ ਆਉਂਦਾ ਉਹਨਾਂ ਦਾ ਉਹਦੇ ਵਾਸਤੇ ਇੰਟਰਵਿਊ ਸੀਗੀ ਹੈਲੋ ਐਵਰੀਬਾਡੀ ਹੈਲੋ ਭਾਜੀ ਆਪਾਂ ਕਹੀ ਦਿੰਦਾ ਨਾ ਕਿ ਚਾਹ ਚੂਹ ਪੀ ਲਓ ਹੈ ਨਾ ਉਹ ਚੂਹ ਫਾਈਨਲੀ ਪਤਾ ਲੱਗ ਗਿਆ ਕੀ ਹੈ ਆਈ ਵਾਂਟ ਚੂਹ ਜਿੰਮੀ ਚੂਹ ਚਾਹ ਚੂਹ ਦਾ ਪਤਾ ਲੱਗ ਗਿਆ ਕਬੀਰ ਅੱਜ ਕਬੀਰ ਇੱਧਰ ਲੱਗਾ ਮਜ਼ੇ ਨਾਲ ਆਪਣੇ ਇਸ ਰੂਮ ਕਿਉਂਕਿ ਇੱਧਰ ਬਹੁਤ ਜ਼ਿਆਦਾ ਖਲਾਰਾ ਪਿਆ ਹੈ ਜਮਾਂ ਹੀ ਨਹੀਂ ਸੌਣ ਦਿਆ ਅਤੇ ਮੰਮਾ ਵੀ ਰੈਡੀ ਬੈਠੇ ਆ ਪਾਪਾ ਵੀ ਰੈਡੀ ਬੈਠੇ ਆ ਦੀਦੀ ਵੀ ਰੈਡੀ ਬੈਠੀ ਆ ਕਬੀਰ ਕਿਸੇ ਨੂੰ ਰੈਡੀ ਹੋਣ ਨਹੀਂ ਦਿੰਦੇ ਆ ਪਤਾ ਨਹੀਂ ਕੀ ਹੁੰਦਾ ਮੇ ਵੀ ਇੰਨੇ ਜ਼ਿਆਦਾ ਜਾਣੇ ਕਿਉਂਕਿ ਉਹਨਾਂ ਦਾ 12 ਜਾਣੇ ਦਾ ਕਰੂ ਆ ਇੰਨੇ ਜ਼ਿਆਦਾ ਜਾਣੇ ਦੇਖ ਕੇ ਸ਼ਾਇਦ ਥੋੜ੍ਹਾ ਜਿਹਾ ਹੋ ਗਿਆ ਇੱਦਾਂ ਬਟ ਹੁਣ ਫਿਲਹਾਲ ਸੌਂ ਗਿਆ ਅੱਗੇ ਮੈਨੂੰ ਨੀਂਦ ਆਉਂਦੀ ਮੈਨੂੰ ਘੜਾ ਮੈਨੂੰ ਤਾਂ ਖੜਾ ਆ ਕਿਹਾ ਜੀ ਮੇਰਾ ਨੰਬਰ ਘੱਟ ਆਇਆ ਤੂੰ ਇੱਕ ਕੰਮ ਕਰ ਤੂੰ ਉਹਨਾਂ ਕੀ ਤੂੰ ਸਟੂਲ ਰੱਖ ਲਾ ਉੱਚਾ ਜਿਹਾ ਮੈਂ ਕਹਿ ਦਿੰਦੇ ਆ ਭਾਈ ਸਟੂਲ ਰੱਖ ਲਈ ਇਦਾਂ ਹੀ ਲੱਗਣਾ ਜਿੱਦਾਂ ਖੜਾ ਵਾ ਤੇ ਟੀਆਰਪੀ ਆ ਭਾਜੀ ਆ ਬੰਦਾ ਇੱਥੇ ਸਾਡੇ ਐਂਕਰ ਜੀ ਰੈਡੀ ਹੁਣ ਮੇਰੀ ਰੁਚੀ ਤੁਹਾਡੇ ਚ ਆ ਕੇ ਤੁਸੀਂ ਬਿਜ਼ੀ ਕਿੱਥੇ ਹੋ ਇੰਦਰ ਵੀ ਭਾਈ ਆਪਣੇ ਸੱਤੇ ਨਹੀਂ ਸੱਤੂ ਠੀਕ ਹੈ ਭਾਜੀ ਇਹ ਵੀ ਪੱਲੂ ਆ ਪਲਵਿੰਦਰ ਚਾਚਾ ਵਾਹ ਮੱਖੀ ਨੇ ਬਹੁਤ ਤੰਗ ਕੀਤਾ ਕਿੱਥੇ ਫਿਲਹਾਲ ਬ੍ਰੇਕ ਲੈ ਲਿਆ ਖਤਮ ਹੋ ਗਈ ਬ੍ਰੇਕ ਬ੍ਰੇਕ ਸ਼ੁਰੂ ਹੁੰਦੀ ਕਦ ਆਪਾਂ ਗੱਲਾਂ ਵੀ ਮਾਈਕ 'ਚ ਕਰਦੇ ਧੱਕਾ ਹੀ ਕਰਨ ਦੇ ਧੱਕਾ ਨਾ ਕਰੋ ਵੀਰ ਜੀ ਆਪਾਂ ਬ੍ਰੇਕ ਲਈ ਸੀਗੀ ਕਿਉਂਕਿ ਰੂਮ ਠੰਡਾ ਕਰਨਾ ਹੈ ਜਦੋਂ ਆਪਾਂ ਸ਼ੂਟ ਕਰਦੇ ਹਾਂ ਉਦੋਂ ਪੱਖੇ ਵੀ ਬੰਦ ਕਰਦੇ ਹਾਂ ਏਸੀ ਵੀ ਬੰਦ ਕਰਦੇ ਹਾਂ ਈਵਨ ਅਗਰ ਕੋਈ ਬਾਹਰੋਂ ਵੀ ਗਲੀ 'ਚੋਂ ਨਿਕਲਦਾ ਹੈ ਤਾਂ ਉਦੋਂ ਹੀ ਸਰ ਕਹਿ ਦਿੰਦੇ ਆ ਕਿ ਮਤਲਬ ਰੁਕ ਜਾਓ ਉਹਨੂੰ ਨਿਕਲ ਲੈਣ ਤੋਂ ਫੇ ਕਰਦੇ ਹਾਂ ਵਧੀਆ ਜਾ ਰਿਹਾ ਐਕਸਪੀਰੀਅੰਸ ਅੱਛਾ ਲੱਗ ਰਿਹਾ ਕਾਫੀ ਦਿਲ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਔਰ ਇਹਨਾਂ ਨੇ ਕੁਐਸਚਨ ਬਹੁਤ ਅੱਛਾ ਮੇਰੇ ਕੋਲੋਂ ਪੁੱਛਿਆ ਜੋ ਮੈਂ ਚਾਹੁੰਦੀ ਸੀ ਮੈਨੂੰ ਪੁੱਛਿਆ ਜਾਵੇ ਸੋ ਉਹਦੇ ਲਈ ਥੈਂਕ ਯੂ ਸੋ ਮੱਚ ਅਤੇ ਇੱਕ ਸਾਡਾ ਬੜਾ ਵੱਡੀ ਦਿਲ ਦੀ ਗੱਲ ਤੁਹਾਨੂੰ ਦੇਖਣ ਨੂੰ ਮਿਲੇਗੀ ਸੋ ਤੁਸੀਂ ਸਾਰੇ ਜਣੇ ਐਪੀਸੋਡ ਜ਼ਰੂਰ ਦੇਖੋ ਬਾਕੀ ਸਾਰੀ ਡਿਟੇਲ ਆਪਾਂ ਜਲਦੀ ਸ਼ੇਅਰ ਕਰ ਲਾਂਗੇ ਇੱਕ ਹੋਰ ਬ੍ਰੇਕ ਮਿਲ ਗਈ ਹੈ ਸਾਨੂੰ ਬ੍ਰੇਕ ਚਾਹੀਦਾ ਸਾਨੂੰ ਸਿਰਫ ਜ਼ਿੰਦਗੀ 'ਚ ਹੋਰ ਕੁਛ ਨਹੀਂ ਚਾਹੀਦਾ ਸਿਰਫ ਬ੍ਰੇਕ ਚਾਹੀਦੀ ਹੈ ਚਾਚਾ ਬਾਬਾ ਬਹੁਤ ਥੱਕ ਗਿਆ ਹੈ ਇਸ ਕਰਕੇ ਅੱਜ ਅੱਖਾਂ 'ਚ ਪਾਣੀ ਆ ਰਿਹਾ ਡੱਬੇ 'ਚ ਇਹਨਾਂ ਨੇ ਆਪਣੇ ਸਮਾਨ ਪਾ ਲਿਆ ਨਹੀਂ ਨਹੀਂ ਮਠਿਆਈ ਹੈ ਅਸਲ 'ਚ ਮਠਿਆਈ ਹੈ ਖੋਲੋ ਹਾਂ ਇਹਨਾਂ ਨੇ ਪਾਈ ਹੈ ਨਹੀਂ ਸਾਡੀ ਮਠਿਆਈ ਹੈ ਇਹ ਸੱਚੀ ਹੈ ਕੀ ਅਸਲੀ ਮਠਿਆਈ ਹੈ ਫਿਰ ਨਾ ਪਾ ਦਿਓ ਭਰਾ ਇੱਕ ਸੱਚੀ ਚਲੋ ਤੇ ਬੋਲੋ ਕਿਆ ਬਾਤ ਹੈ ਹੁਣ ਕੰਪੀਟੀਸ਼ਨ ਹੋਣ ਲੱਗਾ ਵਾ ਹਸਬੈਂਡਸ ਵਰਸਸ ਭਾਜੀ ਆਪਾਂ ਜਿੱਤਣਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਜਿੱਦਾਂ ਤੁਸੀਂ ਬਟਾਲੇ ਦੀ ਬੇਇੱਜ਼ਤੀ ਕਰਦੇ ਰਹਿੰਦੇ ਹੁੰਦੇ ਨਾ ਕਿ ਤੁਹਾਡੇ ਜਲੰਧਰ ਸ਼ਹਿਰ ਜ਼ਿਆਦਾ ਵਧੀਆ ਆ ਹੁਣ ਪਤਾ ਲੱਗ ਜੂਗਾ ਜੇ ਆਪਾਂ ਜਿੱਤ ਗਏ ਨਾ ਗੇਮ ਇਹ ਤਾਂ ਮਤਲਬ ਬਟਾਲਾ ਜ਼ਿਆਦਾ ਵਧੀਆ ਹੈ ਜੀ ਬੋਲੋ ਕੁਝ ਲੈ ਦੱਸ ਦੇਖੋ ਜਲੰਧਰ 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 ਬਟਾਲਾ ਬਟਾਲਾ ਤੇ ਬਟਾਲਾ 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 ਨਹੀਂ ਬਟਾਲੇ ਤੇ ਥੋੜੀ ਬਟਾਲੇ ਦਾ ਵਾ ਬਹੁਤ ਜ਼ਿਆਦਾ ਮਜ਼ਾ ਆਉਂਦੇ ਟਾਈਮ ਹੋ ਗਿਆ ਰਾਤ ਦੇ 8 ਅੱਧੇ ਘੰਟੇ ਦਾ ਕੰਮ ਰਹਿ ਗਿਆ ਉਸ ਬਾਅਦ ਆਪਾਂ ਫ੍ਰੀ ਹੋ ਜਾਣਾ ਵਾ ਤੇ ਉਧਰ ਮੈਂ ਕਬੀਰ ਨੂੰ ਵੇਖ ਕੇ ਸਪਨਾ ਨੂੰ ਤਾਂ ਮਤਲਬ ਤੁਹਾਨੂੰ ਮੈਂ ਇੰਟਰੋਡਿਊਸ ਕਰਾ ਦਿੰਦੀ ਸਪਨਾ ਮੇਰੀ 5-6 ਸਾਲ ਪੁਰਾਣੀ ਦੋਸਤ ਹੈ ਤੇ ਕੋਮਲ ਨੂੰ ਮਿਲਿਆ ਨੂੰ ਮੈਨੂੰ ਮਤਲਬ ਥੋੜਾ ਟਾਈਮ ਹੀ ਹੋਇਆ ਲੇਕਿਨ ਸਾਡਾ ਬੌਂਡ ਇਦਾਂ ਦਾ ਬਣ ਗਿਆ ਜਦੋਂ ਅਸੀਂ ਬਹੁਤ ਪੁਰਾਣੀਆਂ ਜਾਣਦੇ ਹਾਂ ਸੋ ਬੜਾ ਵਧੀਆ ਲੱਗਾ ਔਰ ਅਸੀਂ ਆਨੇ ਬਣ ਇੰਜੋਏ ਬੜਾ ਕੀਤਾ ਵਾ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਜ਼ਿਆਦਾ ਮਜ਼ਾ ਆਇਆ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਬੜਾ ਹੈਰਾਨ ਹੋ ਕੇ ਪੁੱਛਿਆ ਵੇਖਣ ਦੇ ਕਿ ਬਟਾਲੇ ਦਾ ਨਹੀਂ ਮੈਂ ਜੰਗਲ ਚ ਆਇਆ ਕੰਪੀਟੀਸ਼ਨ ਹੋ ਗਿਆ ਕੰਪਲੀਟ ਤੇ ਐਪੀਸੋਡ ਚ ਦੇਖ ਲਿਓ ਕੌਣ ਜਿੱਤਿਆ ਅਤੇ ਉਹ ਜਦੋਂ ਦੇਖੋਗੇ ਉਦੋਂ ਪਤਾ ਲੱਗੂਗਾ ਮੈਂ ਵੀ ਜਿੱਤੇ ਆ ਉਹ ਕਵੀਰੋ ਕਵੀਰੋ ਹਾਂਜੀ ਅੱਜ ਦਾਦੂ ਨਾਲ ਖੇਡਦਾ ਰਿਹਾ ਸਾਰੀ ਦਿਹਾੜੀ
ਦਾਦੂ ਨਾਲ ਖੇਡਦਾ ਰਿਹਾ, ਜਮਾ ਨਹੀਂ ਡਿਸਟਰਬ ਕੀਤਾ ਅੱਜ ਇਹਨੇ। ਸ਼ਾਬਾਸ਼ ਮੇਰੇ ਪੁੱਤਰ। ਬਸ ਟਾਈਮ ਨਹੀਂ, ਟਾਈਮ ਹੋ ਗਿਆ 10:45 ਤੇ ਸਾਡਾ ਪੈਕਅਪ ਜਿਹੜਾ ਹੋ ਚੁੱਕਿਆ, ਹੁਣ ਆਪਾਂ ਸਾਰੇ ਜਣੇ ਰੋਟੀ ਖਾਣ ਚੱਲੇ ਆ। ਬਹੁਤ ਵਧੀਆ ਸੀਗਾ, ਬਹੁਤ ਜ਼ਿਆਦਾ ਮਜ਼ਾ ਆਇਆ। ਵੱਜ ਗਏ ਸਵੇਰ ਦੇ 5:30। ਦੀ ਫਰੈਂਡ ਜਿਹੜੀ ਜਲੰਧਰੋਂ ਆਈ ਸੀ ਸਪਨਾ, ਉਹਨੂੰ ਹੁਣ ਮੈਂ ਚੱਲਾ ਛੱਡਣ। ਇੰਨੀ ਜ਼ਿਆਦਾ ਥੱਕ ਗਈ ਰਾਤੀ 1 ਵਜੇ ਸੁੱਤੇ, ਉਸ ਤੋਂ ਬਾਅਦ ਸਿੱਧਾ ਹੀ ਹੁਣੇ ਸਿੱਧੀ ਜਾ ਗਈ 5:30। ਡਰੋਪ ਕਰਤਾ, ਹੁਣ ਮਿੰਟ ਮਿੰਟ ਪਹੁੰਚੀ ਘਰ ਤੇ ਜਿਹੜੀ ਅਧੂਰੀ ਨੀਂਦ ਰਹਿ ਗਈ ਥੋੜ੍ਹੀ ਜਿਹੀ, ਉਹ ਕਰੀਬ ਪੂਰੀ ਪਏ ਤੇ ਇੱਦਾਂ ਫੇਰ ਇੱਡੀ ਵਧੀਆ ਨਾ, ਇੱਦਾਂ ਲੱਗਦਾ ਜਿੱਦਾਂ ਇੱਕਦਮ ਫਰੈਸ਼ ਹੋ ਗਿਆ। ਮੈਨੂੰ ਪਤਾ ਮੈਂ ਘਰ ਜਾਂਦੇ ਮਿਸ ਹੋ ਜਾਣਾ। ਚਾਬੀ ਦੇ ਪਲਿੰਦਰ। ਹੈਲੋ ਸਾਨੀਆ ਮਾਰੀ, ਅੱਜ ਮੇਰੀ ਹੈਗੀ 2nd ਕਲਾਸ। ਪਹਿਲਾਂ ਮਤਲਬ ਇਹ ਤੋਂ ਪਹਿਲਾਂ ਵੀ ਮੈਂ 3 ਕਲਾਸਾਂ ਲਈਆਂ ਪਰ ਉਹ ਭੁੱਲ ਗਈਆਂ ਸੀ, ਇਸ ਲਈ ਮੈਂ ਸ਼ੁਰੂ ਤੋਂ ਸ਼ੁਰੂ ਕੀਤਾ। ਤੇ ਅੱਜ ਮੇਰੀ 2nd ਕਲਾਸ ਆ, ਅੱਜ ਮੈਂ ਕੁਛ ਨਹੀਂ ਇਹਨਾਂ ਨੂੰ ਪੁੱਛਣਾ। ਪਲਵਿੰਦਰ ਦੀ ਨਾ ਸੀਟ ਵੀ ਪੁੱਠੀ ਲਾ ਦੇਣੀ, ਕਿ ਇਹਦੀਆਂ ਜਿਹੜੀਆਂ ਲੱਤਾਂ ਉਹ ਪਿੱਛੇ ਪਾਸੇ ਰਹਿਣ, ਅੱਗੇ ਨਾ ਰੱਖੇ, ਬ੍ਰੇਕ ਲਾ ਦਿੰਦਾ ਆਪਣੀ ਮਰਜ਼ੀ ਨਾਲ। ਕਿਆ ਡਰਾਈਵਰ ਬਣੇਗਾ ਰੇ ਤੂੰ, ਲੈ ਚਾਬੀ ਤਾਂ ਦੇ ਪਲਵਿੰਦਰ, ਮੈਂ ਗੱਡੀ ਸਟਾਰਟ ਕਰਾਂ। ਅੱਜ ਅਸੀਂ ਫੇਰ ਮੌਤ ਨਾਲ ਖੇਡਣ ਲੱਗੇ। ਮੌਤ ਨਾਲ ਨਹੀਂ ਖੇਡਣ ਲੱਗੇ, ਇਹ ਸਾਡੀ ਜ਼ਿੰਦਗੀ ਨਾਲ ਖੇਡਣ ਲੱਗੀ ਆ। ਜਿੰਨੀ ਦੇਰ ਮੈਂ ਡਰਾਈਵਿੰਗ ਸਿੱਖਿਆ ਕਰਨੀ ਨਾ, ਉਨੀ ਦੇਰ ਮੈਂ ਪਲਵਿੰਦਰ ਨੂੰ ਸਰ ਕਿਹਾ ਕਰਨਾ। ਸਰ ਪਲਵਿੰਦਰ, ਅੱਜ ਅੱਛਾ ਐਕਸਪੀਰੀਅੰਸ ਆ ਰਿਹਾ। ਦੂਸਰੀ ਕਲਾਸ ਮਤਲਬ ਹਫ਼ਤੇ ਕੁ ਤੱਕ ਮੈਂ ਗੱਡੀ ਸਿੱਖਣ ਲੱਗ ਜਾਣਾ, ਸਿਖਾਉਣ ਲੱਗ ਜਾਣਾ। ਮੈਨੂੰ ਬਹੁਤ ਖੁਸ਼ੀ ਹੋਈ, ਫਿਰ ਕਹਿੰਦੀ ਮੈਨੂੰ ਮੇਰੇ ਹੱਥ 2 ਬੰਦਿਆਂ ਦੀਆਂ ਜਾਨਾਂ ਵਾ। ਤੇਰੇ 2 ਬੰਦੇ ਨੀ, ਤੇਰੇ ਸਾਹਮਣੇ ਜਿੰਨੇ ਆ ਰਹੇ ਸਕੂਟਰ ਹੁੰਦੇ ਸੀ ਜਾਂ ਏਦਾਂ, ਉਦੋਂ ਜੇ ਕਿਤੇ ਕੋਈ ਮੇਲੇ ਜਾਣਾ ਨਾ ਜਾਂ ਕਿਤੇ ਏਦਾਂ ਸ਼ਹਿਰ ਸ਼ੁਰ ਜਾਣਾ ਵੀ ਜਦੋਂ ਕੋਈ ਲੈਣ ਪਿੰਡਾਂ ਵਿਚ ਕਹਿੰਦੇ ਹੁੰਦੇ ਅੱਜ ਸ਼ਹਿਰ ਜਾਣਾ ਲੈਣ, ਤੇ ਜੇ ਨਿਆਣੇ ਛੋਟੇ ਹੁੰਦੇ ਨਾ ਲੱਭਣ ਦੂਰ ਕੇ ਬੈਗੀ ਹੁਣ ਇੱਧਰ ਆ ਜਾਣਾ। 2 ਮੂੰਹ ਵਾਲਾ ਸੱਪ ਹੁੰਦਾ ਵਾ, ਉਹਨੂੰ ਕੀ ਕਹਿੰਦੇ ਦਮੂਈ। ਯਾਰ ਮੈਨੂੰ ਪਤਾ ਸੱਚ ਆ ਕਿ ਝੂਠ ਕਹਿੰਦੇ ਜਿਹਦੇ ਦਮੂਈ ਲੜ ਜਾਂਦੀ ਨਾ ਉਹਦੇ ਫਿਰ ਹਰ ਸਾਲ ਸੱਪ ਲੜਦਾ। ਮੈਂ ਵੀ ਸੁਣਿਆ, ਮੈਨੂੰ ਸੱਚ ਝੂਠ ਦਾ ਨਹੀਂ ਪਤਾ ਪਰ ਮੈਂ ਇਹੀ ਸੁਣਿਆ। ਕਬੀਰੋ, ਕਬੀਰ ਮੇਰਾ ਗੋਡਾ ਹੀ ਦੇਖਦਾ ਰਹਿੰਦਾ। ਆਹੋ ਹੈ ਹੋਰ ਤੇ ਦੌੜੇ ਜਾਣਾ। ਕਬੀਰ ਤੇ ਛੋਟਾ ਨਾ, ਕਬੀਰ ਤੋਂ ਵੱਡੇ ਨਿਆਣੇ ਹੁੰਦੇ ਮੈਂ ਸਾਲ ਦੇ, ਤੇ ਏਦਾਂ ਚੁੱਕ ਲੈਣਾ ਜਾਂ ਫਿਰ ਲੱਤਾਂ ਤੁਹਾਨੂੰ ਦੱਸਣਾ ਇੱਧਰ ਲੈ ਕੇ ਜਾਂਦੇ ਨਿਆਣਿਆਂ ਨੂੰ। ਉਹਦੇ ਬੜਾ ਕਹਿੰਦੇ ਸ਼ਹਿਰ ਜਾਣਾ, ਸ਼ਹਿਰ ਕੱਪੜੇ ਲੈਣ। ਜਿੱਦਾਂ ਹੁਣ ਝੋਨਾ ਵੇਚਿਆ, ਮਤਲਬ 6 ਮਹੀਨਿਆਂ ਦੇ ਵਿੱਚ ਇੱਕ ਇੱਕ ਸੂਟ ਬਣਾਉਂਦੇ ਹੁੰਦੇ ਝੋਨੇ ਦੇ, ਉਧਰੋਂ ਕਣਕ ਦੇ। ਫਿਰ ਉਸ ਹਿਸਾਬ ਨਾਲ 25 ਸਾਲ 'ਚ 50 ਸੂਟ ਹੀ ਹੋਣੇ ਬੰਦੇ ਕੋਲ, ਇੰਨੇ ਕਿਉਂ ਨਹੀਂ ਹੋਣੇ? ਪਤਾ ਨਹੀਂ ਇੱਕ ਇੱਕ 2-2 ਹੁੰਦਾ ਹੁੰਦਾ। ਹੁਣ ਦੁਬਾਰੀਆਂ ਭਰੀਆਂ ਹੁੰਦੀਆਂ, ਫਿਰ ਵੀ ਸੂਟ ਲੈਣਾ ਪਾਉਣ ਨੂੰ ਕੋਈ ਨਹੀਂ ਲੱਭਣ ਦਿਆ। ਇੰਟਰਵਿਊ ਦੇ ਨਾ ਮੈਂ ਪਹਿਲਾਂ ਪੀਚ ਕਲਰ ਦਾ ਸੂਟ ਪਾਇਆ ਸੀ, ਐਨ ਮੌਕੇ ਤੇ ਚੁੰਨੀ ਨਹੀਂ ਲੱਭੀ, ਇੰਨਾ ਸੋਹਣਾ ਸੂਟ। ਵੀਰ ਸਾਰਿਆਂ ਨੇ ਵਾਜਾਂ ਮਾਰਨੇ, ਪਰ ਇਹਨੇ ਦੇਖੋ ਦੇਖਣਾ, ਇਹਨੇ ਮੇਰਾ ਗੋਡਾ ਹੀ ਹੈ। ਆਹੋ ਸਾਰੇ ਵਾਜ ਮਾਰੋ, ਚਲੋ ਇੱਕ ਇੱਕ ਕਰਕੇ ਵਾਜ ਮਾਰੋ। ਚਲੋ ਪਾਪਾ ਜੀ, ਕਬੀਰ 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 ਨਹੀਂ ਦੇਖਦਾ। ਚਲੋ ਚੌਥੀ ਵਾਰੀ ਤੇ ਦੇਖਿਆ ਕਬੀਰ ਹੱਸਦਾ ਇਹਨਾਂ ਗੱਲਾਂ ਤੇ ਹੀ ਆ। ਅੱਜ ਭੰਗੜੇ ਚ ਮਾਰ ਕੇ ਛੜੱਪਾ ਪੈਰ ਰੱਖ, ਧੂਮ ਧੂਮ ਕਿੰਨਾ ਸਮਾਂ ਲੱਗਦਾ।
ਤੇਰਾ ਰੰਗ ਬੱਲੇ ਬੱਲੇ ਤੇਰੀ ਗਾਲ ਬੱਲੇ ਬੱਲੇ ਤੇਰਾ ਰੂਪ ਬੱਲੇ ਬੱਲੇ ਤੇਰੇ ਬਾਲ ਬੱਲੇ ਬੱਲੇ।